ਕੁਝ SGPC ਮੈਂਬਰ ਇੰਨੇ ਦਇਆਲੂ ਹੋਏ ਆ ਕੁਝ ਕੁ ਪ੍ਰਚਾਰਕਾਂ 'ਤੇ। ਉਹ ਪ੍ਰਚਾਰਕ ਉਹਨਾਂ ਕੋਲ ਆਉਂਦੇ ਆ, ਉਹ ਸਿਰਫ ਲਿਖ ਦਿੰਦੇ ਆ ਵੀ ਸਾਡੇ ਪਿੰਡ ਇੰਨੇ ਦਿਨ ਦੀਵਾਨ ਲੱਗੇ, ਉਹ ਚੁੱਪ ਕਰਕੇ ਆਪਣੀ ਤਨਖਾਹ ਲੈ ਆਉਂਦਾ। ਸਾਡੇ ਤੱਕ ਇਹੋ ਜਿਹੇ ਮਸਲੇ ਵੀ ਆਏ ਹੈ। ਮੈਂ ਨਿੱਜੀ ਤੌਰ 'ਤੇ 3 ਪ੍ਰਚਾਰਕਾਂ ਨੂੰ ਜਾਣਦਾ ਜਿਹੜੇ ਵੱਡੇ ਲੀਡਰਾਂ ਦੇ ਘਰ ਸੇਵਾ ਦੇ ਰਹੇ ਨੇ ਟਾਈਪਿਸਟ ਦੀ, ਅਤੇ ਗੁਰਮਤਿ ਪ੍ਰਚਾਰ ਇਸ 'ਤੇ ਸਿੱਖ ਗਜ਼ਟ 'ਚ ਇਹ ਆਉਂਦਾ ਜੀ ਅੱਜ ਉਹਨਾਂ ਨੇ ਫਲਾਨੀ ਥਾਂ 'ਤੇ 15 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਤਾ, ਅੱਜ ਫਲਾਨੀ ਥਾਂ 'ਤੇ ਪ੍ਰਚਾਰ। SGPC ਕਿਹੜੇ ਕਿਹੜੇ ਮਤੇ ਐਸੇ ਪਾਸ ਕਰਨੇ ਸਨ ਜਿਹਦੇ ਨਾਲ ਸਾਡਾ ਯੂਥ ਪੰਜਾਬ ਵਿੱਚ ਰਹਿੰਦਾ ਐਜੂਕੇਟਡ ਹੋ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਂਦਾ? ਮੈਂ ਪਹਿਲੀ ਗੱਲ ਜਿਹੜੀ ਕਹੀ ਕਿ SGPC ਦੇ ਮੈਂਬਰਾਂ ਦੀ ਵੀ ਕਲਾਸ ਲਾਣੀ ਬੜੀ ਜ਼ਰੂਰੀ ਹੁੰਦੀ ਹੈ। ਉਹਨਾਂ ਨੂੰ ਵੀ ਤਾਂ ਪਤਾ ਚੱਲੇ ਧਰਮ ਹੈ ਕੀ, ਪਰ ਅਸੀਂ ਨਹੀਂ, ਅਸੀਂ ਤਾਂ ਚੌਧਰ ਲਈ ਆਉਂਦੇ ਹਾਂ, ਪ੍ਰਚਾਰ ਲਈ। ਸਾਨੂੰ SGPC ਨੇ, ਆਨੰਦਪੁਰ ਸਾਹਿਬ ਮਤੇ ਨੇ ਨੀਅਤ ਕਰਕੇ ਦੇ ਦਿੱਤਾ ਕਿ ਸਿੱਖ ਮਿਸ਼ਨਰੀ ਕਾਲਜ ਜਿਹੜੇ ਸਾਡੇ ਨੇ ਉਹਨਾਂ ਵਿੱਚੋਂ ਵਿਦਿਆਰਥੀ ਨਹੀਂ ਭਰਤੀ ਕਰਨੇ ਜਿਨ੍ਹਾਂ ਦਾ ਕੋਈ ਕੁਛ ਨਹੀਂ ਹੈਗਾ, ਜਿਹੜੇ ਹਰ ਪਾਸੇ ਤੋਂ ਫੇਲ ਹੋ ਗਿਆ, ਲੈ ਬਈ ਇਹਨੂੰ ਗ੍ਰੰਥੀ ਲਾ ਦਈਏ। ਹਾਂ, ਜ਼ਿਆਦਾਤਰ ਇਹ ਹੋ ਰਿਹਾ, ਜ਼ਿਆਦਾਤਰ ਤੁਸੀਂ ਕਈ ਵਾਰੀ ਦੇਖੋ ਕਿ ਸਾਡੇ ਨਾਲ ਬੱਚਾ ਪਤਾ ਕਿਹੜਾ ਕਹਿਣਗੇ, ਇਹਨੂੰ ਨਾਲ ਰੱਖ, ਜਿਹੜਾ ਸਿਰੇ ਦਾ ਵਿਗੜਿਆ ਹੋਵੇ ਤੇ ਇੱਡੀ ਮੋਟੀ ਗਾਲ ਕੱਢਦਾ ਹੋਵੇ, ਬਿਲਕੁਲ ਇਹਨੂੰ ਆਪਣੇ ਨਾਲ ਰੱਖੋ। ਹਾਂ, ਇਹਨੂੰ ਗੁਰਦੁਆਰੇ 'ਚ ਪਾਠੀ ਭਾਵੇਂ ਲਵਾ ਦਿਓ, ਤੇ ਜਿਹੜਾ ਚਾਰ ਚਿੱਲੜ ਕਮਾਉਂਦਾ ਹੋਵੇ ਕਦੀ ਨਹੀਂ ਕਹਿੰਦੇ ਇਹਨੂੰ ਆਪਣੇ ਨਾਲ ਰੱਖੋ, ਕਹਿੰਦੇ ਸਾਡੇ ਕੋਲ ਰਹਿਣ ਦਿਓ। ਪੱਕੀ ਗੱਲ ਆ, ਸਾਡੀ ਗਿਰਾਵਟ ਦਾ ਇਹ ਵੀ ਇੱਕ ਕਾਰਨ ਬਣ ਗਿਆ, ਵੱਡਾ ਕਾਰਨ ਬਣ ਗਿਆ। ਸਾਡੇ ਸਿੱਖ ਮਿਸ਼ਨਰੀ ਕਾਲਜ ਜਿਹੜੇ ਪ੍ਰਾਈਵੇਟ ਬਣੇ ਨੇ, SGPC ਵਾਲੇ ਤਾਂ ਛੱਡ ਦਿਓ, ਜਿਹੜੇ ਪ੍ਰਾਈਵੇਟ ਵੀ ਬਣੇ ਹੋਏ ਨੇ, ਤੇ ਜਿੰਨੇ ਕਾਲਜ ਚੱਲ ਰਹੇ ਜੇ ਇਹਨਾਂ ਵਿੱਚੋਂ 50% ਨਹੀਂ 50% ਤੋਂ ਵੱਧ ਪ੍ਰਵਾਸੀਆਂ ਦੇ ਬੱਚੇ ਤਿਆਰ ਹੋ ਰਹੇ ਨੇ, ਗੈਰ ਸਿੱਖਾਂ ਦੇ ਬੱਚੇ ਤਿਆਰ ਹੋ ਰਹੇ ਨੇ ਜਿਨ੍ਹਾਂ ਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਅਤੇ ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਨਾ ਪਿਛਲੀ ਵਾਰੀ ਕੁਛ ਦੱਸ ਰਹੇ ਸੀ ਵੀ ਇਹ 24 ਸਨ। ਹਾਂਜੀ, ਲਿਖਤਬੱਧ 1, 2, 3, 4 24 ਪੁਆਇੰਟ ਸਨ ਜੀ। ਉਹ ਮੈਂ 10 ਤੁਹਾਨੂੰ ਪਿਛਲੀ ਵਾਰੀ ਦੱਸੇ ਜੀ, ਮੈਂ ਤੁਹਾਨੂੰ ਬਾਕੀ ਅੱਜ ਫੇਰ ਹੋਰ ਜੀ ਸੁਣਾ ਦਿੰਦਾ ਉਹਨਾਂ ਵਿੱਚੋਂ, ਨਾਲ ਥੋੜ੍ਹੀ ਥੋੜ੍ਹੀ ਮੈਂ ਵਿਆਖਿਆ ਕਰ ਦੂੰਗਾ। ਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੋ ਜਾਂਦੀਆਂ ਨੇ, ਅਤੇ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਉਸ ਵੇਲੇ ਕੀ ਅਸੀਂ ਜਿਹੜੀਆਂ ਨੇ ਚੀਜ਼ਾਂ ਪਾਸ ਕੀਤੀਆਂ ਸਨ। 11ਵਾਂ ਪੁਆਇੰਟ ਸੀ ਜੀ, ਸਿੱਖ ਫਲਸਫੇ ਦਾ ਪ੍ਰਚਾਰ ਕਰਨਾ, ਸਿੱਖ ਫਲਸਫੇ ਦਾ ਹਾਂ, ਨਾ ਕਿ ਵਿਪਰਨ ਕੀ ਰੀਤ ਦਾ, ਸਿੱਖ ਫਲਸਫੇ ਦਾ ਪ੍ਰਚਾਰ ਕਰਨਾ। ਕਿਹਦੇ ਰਾਹੀਂ? ਇੱਕ ਤਾਂ ਕਥਾਵਾਚਕਾਂ ਰਾਹੀਂ, ਰਾਗੀਆਂ ਢਾਡੀਆਂ ਰਾਹੀਂ, ਆਪਣੇ ਪ੍ਰਚਾਰਕਾਂ ਰਾਹੀਂ, ਪਲੱਸ ਕੀਰਤਨੀ ਜੱਥਿਆਂ ਰਾਹੀਂ। ਠੀਕ ਹੈ ਜੀ, ਅਤੇ ਇਹਨਾਂ ਨੇ ਉਸ ਵਾਸਤੇ ਕੁਛ ਵੀ ਨਹੀਂ ਕੀਤਾ ਜੀ। ਵੀਰ ਜੀ, ਸਾਨੂੰ ਪਤਾ ਲੱਗਾ ਕਈਆਂ ਪਿੰਡਾਂ ਦੇ ਵਿੱਚੋਂ ਵੀ ਕੁਝ SGPC ਮੈਂਬਰ ਇੰਨੇ ਦਇਆਲੂ ਹੋਏ ਆ ਕੁਛ ਕੁ ਪ੍ਰਚਾਰਕਾਂ 'ਤੇ। ਉਹ ਪ੍ਰਚਾਰਕ ਉਹਨਾਂ ਕੋਲ ਆਉਂਦੇ ਆ, ਉਹ ਸਿਰਫ ਲਿਖ ਦਿੰਦੇ ਆ ਵੀ ਸਾਡੇ ਪਿੰਡ ਇੰਨੇ ਦਿਨ ਦੀਵਾਨ ਲੱਗੇ, ਉਹ ਚੁੱਪ ਕਰਕੇ ਆਪਣੀ ਤਨਖਾਹ ਲੈ ਆਉਂਦਾ। ਸਾਡੇ ਤੱਕ ਇਹੋ ਜਿਹੇ ਮਸਲੇ ਵੀ ਆਏ ਹੈ, ਕਿੱਡੀ ਗਜ਼ਬ ਦੀ ਗੱਲ ਹੈ। ਇਹੋ ਜਿਹੇ ਮਸਲੇ ਕਹਿ ਰਹੇ ਹੋ, ਮੈਂ ਨਿੱਜੀ ਤੌਰ 'ਤੇ 3 ਪ੍ਰਚਾਰਕਾਂ ਨੂੰ ਜਾਣਦਾ ਜਿਹੜੇ ਵੱਡੇ ਲੀਡਰਾਂ ਦੇ ਘਰ ਸੇਵਾ ਦੇ ਰਹੇ ਨੇ ਟਾਈਪਿਸਟ ਦੀ, ਅਤੇ ਗੁਰਮਤਿ ਪ੍ਰਚਾਰ ਇਸ 'ਤੇ ਸਿੱਖ ਗਜ਼ਟ 'ਚ ਇਹ ਆਉਂਦਾ ਜੀ ਅੱਜ ਉਹਨਾਂ ਨੇ ਫਲਾਨੀ ਥਾਂ 'ਤੇ 15 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਤਾ, ਅੱਜ ਫਲਾਨੀ ਥਾਂ 'ਤੇ ਪ੍ਰਚਾਰ ਕੀਤਾ ਜੀ। ਇਹ ਮੇਰੇ ਕੋਲ ਤਿੰਨਾਂ ਦੀ ਮੇਰੇ ਕੋਲ ਵੀ ਰਿਪੋਰਟ ਹੈ, ਆਚਰਨ ਸਾਡਾ ਬਣਾ ਦਿੱਤਾ SGPC SGPC ਕਿਹੜੇ ਕਿਹੜੇ ਮਤੇ ਐਸੇ ਪਾਸ ਕਰਨੇ ਸਨ ਜਿਹਦੇ ਨਾਲ ਸਾਡਾ ਯੂਥ ਪੰਜਾਬ ਵਿੱਚ ਰਹਿੰਦਾ ਐਜੂਕੇਟਡ ਹੋ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਂਦਾ? ਵੀਰ ਜੀ, ਸਾਨੂੰ ਹੋਰ ਜਾਣਕਾਰੀ ਦਿਓ ਜੀ। ਦੇਖੋ ਜੀ, ਮਹਾਰਾਜ ਵੀ ਬਖਸ਼ਿਸ਼ ਕਰ ਰਿਹਾ, ਅਸੀਂ ਗਜੀਬੋਈ 'ਚ ਬੈਠੇ ਹਾਂ, ਉੱਤੇ ਮੀਂਹ ਪੈ ਰਿਹਾ, ਤੁਹਾਡਾ ਕੈਮਰਾਮੈਨ ਪਹਿਲਾਂ ਥੋੜ੍ਹਾ ਜਿਹਾ ਹੋਇਆ ਮੀਂਹ ਨਾ ਆ ਜਾਏ ਜੀ, ਪਰ ਅੱਲਾ ਸ਼ੇਰੀ ਪਰਮਾਤਮਾ ਨੇ ਉਹਨੂੰ ਦਿੱਤੀ। ਮੈਂ ਤੁਹਾਨੂੰ ਬਾਕੀ ਦੇ ਵੀ ਇਸ਼ੂ ਪੜ੍ਹ ਕੇ ਸੁਣਾ ਦਿੰਦਾ ਜੀ। ਮੈਂ ਪਹਿਲੀ ਗੱਲ ਜਿਹੜੀ ਕਹੀ ਕਿ SGPC ਦੇ ਮੈਂਬਰਾਂ ਦੀ ਵੀ ਕਲਾਸ ਲਾਣੀ ਬੜੀ ਜ਼ਰੂਰੀ ਹੁੰਦੀ ਹੈ, ਉਹਨਾਂ ਨੂੰ ਵੀ ਤਾਂ ਪਤਾ ਚੱਲੇ ਧਰਮ ਹੈ ਕੀ, ਪਰ ਅਸੀਂ ਨਹੀਂ, ਅਸੀਂ ਤਾਂ ਚੌਧਰ ਲਈ ਆਉਂਦੇ ਹਾਂ, ਪ੍ਰਚਾਰ ਲਈ ਨਹੀਂ ਆਉਂਦੇ। ਅਤੇ ਚੌਧਰ ਲਈ ਤਾਂ ਤਾਨਾਸ਼ਾਹੀ ਹੁੰਦੀ ਹੈ, ਉਹ ਤਾਂ ਫਿਰ ਆਪਣੀਆਂ ਚੰਮਦੀਆਂ ਚਲਾਉਣ ਆਉਂਦੇ ਆ, ਪ੍ਰਚਾਰ ਕਰਨ ਆਉਂਦੇ ਨਹੀਂ, ਇਹ ਫਰਕ ਦੇ ਬਹੁਤ ਜ਼ਿਆਦਾ। ਹੁਣ ਆ ਜਾਓ 13 ਨੰਬਰ 'ਤੇ, ਕਹਿੰਦਾ ਰਹਿਤ ਮਰਿਆਦਾ 'ਤੇ ਕਾਮਯਾਬੀ ਨਾਲ ਅਮਲ ਕਰਾਉਣਾ, ਲਫ਼ਜ਼ ਹੈ ਕਰਾਉਣਾ। ਹੁਣ ਸਿੱਖ ਰਹਿਤ ਮਰਿਆਦਾ 'ਤੇ SGPC ਦੇ
ਕਿਸੇ ਵੀ ਮੈਂਬਰ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਵੀ ਅਮਲ ਕਰਾਇਆ, ਅਮਲ ਨਹੀਂ ਕਰਾਇਆ ਹੋਣਾ, ਨਹੀਂ ਕਰਾਇਆ, ਆਪਣੇ ਟੱਬਰ ਵਿੱਚ ਵੀ ਕਰਾਇਆ ਹੋਏ ਤਾਂ ਦੱਸ ਦੇਣ ਜੀ। ਗੱਲ ਤਾਂ ਟੱਬਰ ਤੋਂ ਹੀ ਪੰਥ ਦੀ ਚੱਲੇਗੀ ਨਾ, ਮੇਰਾ ਟੱਬਰ ਹੈ, ਜੇ ਉਹ ਸਿੱਖੀ 'ਚ ਹੈਗਾ ਮਰਿਆਦਾ ਮੰਨਦਾ ਤਾਂ ਹੀ ਉਹ ਮਰਿਆਦਾ ਦਾ ਟੱਬਰ ਵੱਡਾ ਬਣੇਗਾ ਨਾ ਜੀ, ਪਿੰਡ ਤੱਕ ਤਾਂ ਹੀ ਪਹੁੰਚੇਗਾ, ਸਮਾਜ ਤੱਕ ਤਾਂ ਹੀ ਪਹੁੰਚੇਗਾ, ਅਸੀਂ ਤਾਂ ਉਹ ਵੀ ਨਹੀਂ ਕਰਾ ਰਹੇ ਜੀ। ਠੀਕ ਹੈ ਨਾ ਜੀ, ਅਸੀਂ ਤਾਂ ਸਮਝਦੇ ਹਾਂ SGPC ਮੈਂਬਰ ਬਣ ਗਏ, ਮੈਂ ਆਪਣਾ ਪੁੱਤਰ ਕਿਵੇਂ ਲਵਾਉਣਾ ਪੁਲਿਸ ਵਿੱਚ, ਪਹਿਲੀ ਪ੍ਰਾਇਰਟੀ ਹੁੰਦੀ ਜੇ ਪੁਲਿਸ 'ਚ ਲਵਾਉਣ ਦੀ। ਪਿੱਛੇ ਦੋ ਪ੍ਰਧਾਨ ਗਏ ਨੇ ਜਿਨ੍ਹਾਂ ਨੇ ਆਪਣੇ ਟੱਬਰ ਦੇ ਜੀ ਪੁੱਤਰ ਧੀਆਂ ਪੁਲਿਸ 'ਚ ਹੀ ਲਵਾਏ ਗਏ। ਅੱਛਾ, ਅਤੇ ਕਿਸੇ ਇੰਸਪੈਕਟਰ ਭਰਤੀ ਕਰਾ ਲਿਆ, ਕਿਸੇ ASI ਭਰਤੀ ਕਰਾ ਲਿਆ, ਕਿਉਂਕਿ ਚੌਧਰ ਜ਼ਿਆਦਾ ਹੈ ਨਾ ਉੱਥੇ, ਅੱਛਾ, ਕਰਪਸ਼ਨ ਵੀ ਜ਼ਿਆਦਾ, ਰੋਹਬ ਵੀ ਜ਼ਿਆਦਾ। ਠੀਕ ਹੈ ਨਾ, ਸਾਡੇ ਤਾਂ ਟਾਰਗੇਟ ਆ ਬਣੇ ਹੋਏ ਨੇ ਜੀ। ਠੀਕ ਹੈ, ਮਰਿਆਦਾ ਟਾਰਗੇਟ ਨਹੀਂ ਰਿਹਾ ਸਾਡਾ ਜਿਹੜਾ ਕੰਮ ਸੀ। ਠੀਕ ਆ, ਸਿੱਖ ਮਿਸ਼ਨਰੀ ਕਾਲਜ ਨੂੰ ਬੜਾ ਅਹਿਮ ਮੁੱਦਾ ਜੇ ਹੈ, ਇਹਨੂੰ ਮੈਂ ਥੋੜ੍ਹਾ ਜਿਹਾ ਵਿਆਖਿਆ ਕਰਕੇ ਤੁਹਾਨੂੰ ਦੱਸੂੰਗਾ। 14ਵਾਂ ਪੁਆਇੰਟ ਹੈ ਧਰਮ ਪ੍ਰਚਾਰ ਲਈ SGPC ਲਈ ਜੋ ਨੀਅਤ ਕੀਤਾ, ਸਿੱਖ ਮਿਸ਼ਨਰੀ ਕਾਲਜ ਨੂੰ ਪ੍ਰਚਾਰ ਦੀ ਯੋਗਤਾ ਰੱਖਣ ਵਾਲੇ ਸੰਸਾਰ ਵਿਆਪੀ ਪ੍ਰਚਾਰਕ ਤਿਆਰ ਕਰਨ ਲਾਇਕ ਬਣਾਉਣਾ। ਹੁਣ ਦੇਖੋ ਜੀ, ਸਾਡੇ ਜਿੰਨੇ ਪ੍ਰਚਾਰਕ ਨੇ, ਬੁਰਾ ਨਾ ਮਨਾਇਆ ਜੇ ਤੁਸੀਂ ਵੀ ਪ੍ਰਚਾਰਕ ਹੋ, ਪ੍ਰਚਾਰਕ ਮੈਂ ਵੀ ਹਾਂ ਜੀ ਆਪਣੀ ਕੌਮ ਦਾ। ਠੀਕ ਆ ਨਾ ਜੀ, ਜੋ ਕੰਮ ਤੁਹਾਡਾ ਉਹ ਕੰਮ ਮੇਰਾ, ਔਰ ਮੈਂ ਸਮਝਦਾ ਹਰ ਸਿੱਖ ਘਰਾਣੇ ਦਾ ਉਹ ਕੰਮ ਹੋਣਾ ਚਾਹੀਦਾ। ਪਹਿਲਾਂ ਸਾਡਾ, ਅਸੀਂ ਪਹਿਲਾਂ ਅੰਬੈਸਡਰ ਹਾਂ ਸਿੱਖੀ ਦੇ, ਉਸ ਤੋਂ ਬਾਅਦ ਅਸੀਂ ਸਿੱਖੀ ਦੇ ਨਾਗਰਿਕ ਹਾਂ। ਠੀਕ ਆ ਜੀ, ਫਿਰ ਜੀਵਨ ਜੀ ਕੇ ਅਸੀਂ ਸਮਾਜ ਦਾ ਬੁਨਿਆਦ ਰੱਖਣੀ ਹੈ ਜੀ। ਸਾਨੂੰ SGPC ਨੇ, ਆਨੰਦਪੁਰ ਸਾਹਿਬ ਮਤੇ ਨੇ ਨੀਅਤ ਕਰਕੇ ਦੇ ਦਿੱਤਾ ਕਿ ਸਿੱਖ ਮਿਸ਼ਨਰੀ ਕਾਲਜ ਜਿਹੜੇ ਸਾਡੇ ਨੇ, ਉਹਨਾਂ ਵਿੱਚੋਂ ਵਿਦਿਆਰਥੀ ਨਹੀਂ ਭਰਤੀ ਕਰਨੇ ਜਿਨ੍ਹਾਂ ਦਾ ਕੋਈ ਕੁਛ ਨਹੀਂ ਹੈਗਾ, ਜਿਹੜੇ ਹਰ ਪਾਸੇ ਤੋਂ ਫੇਲ ਹੋ ਗਿਆ, ਲੈ ਬਈ ਇਹਨੂੰ ਗ੍ਰੰਥੀ ਲਾ ਦਈਏ। ਹਾਂ, ਜ਼ਿਆਦਾਤਰ ਇਹ ਹੋ ਰਿਹਾ, ਜ਼ਿਆਦਾਤਰ ਤੁਸੀਂ ਕਈ ਵਾਰੀ ਦੇਖੋ ਕਿ ਸਾਡੇ ਨਾਲ ਬੱਚਾ ਪਤਾ ਕਿਹੜਾ ਕਹਿਣਗੇ, ਇਹਨੂੰ ਨਾਲ ਰੱਖ, ਜਿਹੜਾ ਸਿਰੇ ਦਾ ਵਿਗੜਿਆ ਹੋਵੇ ਤੇ ਇੱਡੀ ਮੋਟੀ ਗਾਲ ਕੱਢਦਾ ਹੋਵੇ, ਬਿਲਕੁਲ ਇਹਨੂੰ ਆਪਣੇ ਨਾਲ ਰੱਖੋ। ਹਾਂ, ਇਹਨੂੰ ਗੁਰਦੁਆਰੇ 'ਚ ਪਾਠੀ ਭਾਵੇਂ ਲਵਾ ਦਿਓ, ਤੇ ਜਿਹੜਾ ਚਾਰ ਚਿੱਲੜ ਕਮਾਉਂਦਾ ਹੋਵੇ ਕਦੀ ਨਹੀਂ ਕਹਿੰਦੇ ਇਹਨੂੰ ਆਪਣੇ ਨਾਲ ਰੱਖੋ, ਕਹਿੰਦੇ ਸਾਡੇ ਕੋਲ ਰਹਿਣ ਦਿਓ। ਪੱਕੀ ਗੱਲ ਆ, ਸਾਡੀ ਗਿਰਾਵਟ ਦਾ ਇਹ ਵੀ ਇੱਕ ਕਾਰਨ ਬਣ ਗਿਆ, ਵੱਡਾ ਕਾਰਨ, ਵੱਡਾ ਕਾਰਨ ਬਣ ਗਿਆ। ਮੈਂ ਕੌਮ ਦੇ ਸਾਹਮਣੇ ਅੱਜ ਇੱਕ ਹੋਰ ਪੱਖ ਬੜਾ ਸਪਸ਼ਟ ਰੱਖਣਾ ਚਾਹੁੰਦਾ, ਕੌਮ ਨੂੰ ਚਾਹੁੰਦਾ, ਕਿਉਂਕਿ ਤੁਸੀਂ ਉੱਥੇ ਮਾਇਆ ਦਿੰਦੇ ਹੋ, ਇਸ ਲਈ ਉਸ 'ਤੇ ਨਿਗਰਾਨੀ ਕਰੋ, ਚੈੱਕ ਕਰੋ। ਸਾਡੇ ਸਿੱਖ ਮਿਸ਼ਨਰੀ ਕਾਲਜ ਜਿਹੜੇ ਪ੍ਰਾਈਵੇਟ ਬਣੇ ਨੇ, SGPC ਵਾਲੇ ਤਾਂ ਛੱਡ ਦਿਓ, ਜਿਹੜੇ ਪ੍ਰਾਈਵੇਟ ਵੀ ਬਣੇ ਹੋਏ ਨੇ, ਇਹਨਾਂ ਵਿੱਚ ਵੀ 80% ਜਿਹੜੇ ਸਟੂਡੈਂਟ ਨੇ ਜ਼ਬਰਦਸਤੀ ਪ੍ਰਵਾਸੀਆਂ ਦੇ ਬੱਚੇ ਲਿਆਏ ਜਾਂਦੇ ਨੇ, ਕੇਸਕੀਆਂ ਸਜਾ ਕੇ ਉਹਨਾਂ ਨੂੰ ਸਿੱਖੀ ਪੜ੍ਹਾਈ ਜਾਂਦੀ ਹੈ, ਅਤੇ ਇਹ ਲਾਲਚ ਦਿੱਤੇ ਜਾਂਦੇ ਨੇ ਤੁਹਾਨੂੰ ਅਸੀਂ ਵਿਦੇਸ਼ ਭੇਜ ਦਾਂਗੇ। ਅਤੇ ਜਿੰਨੇ ਕਾਲਜ ਚੱਲ ਰਹੇ ਜੇ, ਇਹਨਾਂ ਵਿੱਚੋਂ 50% ਨਹੀਂ, 50% ਤੋਂ ਵੱਧ ਪ੍ਰਵਾਸੀਆਂ ਦੇ ਬੱਚੇ ਤਿਆਰ ਹੋ ਰਹੇ ਨੇ, ਗੈਰ ਸਿੱਖਾਂ ਦੇ ਬੱਚੇ ਤਿਆਰ ਹੋ ਰਹੇ ਨੇ, ਜਿਨ੍ਹਾਂ ਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਅਤੇ ਇਹ ਸਿੱਖੀ ਦਾ ਦਾਇਰਾ ਤਾਂ ਬੜਾ ਵਿਸ਼ਾਲ ਸੀ, ਕੋਈ ਵੀ ਆ ਸਕਦਾ ਸਿੱਖੀ ਦੇ ਦਾਇਰੇ ਵਿੱਚ। ਮੇਰੀ ਗੱਲ ਸਮਝੋ, ਪਹਿਲਾਂ ਮੈਨੂੰ ਸੰਪੂਰਨ ਕਰਨ ਦਿਓ। ਉਸ ਵਿੱਚ ਉਹ ਬੱਚਾ ਆਪਣੀ ਆਰਥਿਕਤਾ ਮਜਬੂਰੀ ਕਰਕੇ ਲਿਆਏ ਨੇ ਜ਼ਬਰਦਸਤੀ ਕਿ ਆ ਤੈਨੂੰ 1000 ਰੁਪਈਆ ਵੀ ਦਾਂਗੇ ਅਤੇ ਤੂੰ ਇਹ ਪੜ੍ਹ ਵੀ ਅਤੇ ਸਿੱਖ ਬਣ ਜਾ ਅਤੇ ਤੂੰ ਇਹ ਮੁਲਾਜ਼ਮਤ ਵੀ ਮਿਲ ਜਾਏਗੀ ਤੈਨੂੰ, ਅਤੇ ਉਹ ਤਾਂ ਆਰਥਿਕਤਾ ਕਰਕੇ ਆਇਆ ਜੀ, ਸਿੱਖੀ ਪਸੰਦ ਕਰਕੇ ਨਹੀਂ ਆਇਆ, ਸਿੱਖੀ ਦੀ ਕਮਾਈ ਪਸੰਦ ਕਰਕੇ ਆਇਆ ਕਿ ਨੋਟ ਮੈਨੂੰ ਸਿੱਖੀ ਦੇ ਮਿਲਣਗੇ, ਅਤੇ ਜਦੋਂ ਉਹਨੂੰ ਰੋਲ ਨਹੀਂ ਮਿਲਦੀ ਫਿਰ ਉਹ ਗਾਲਾਂ ਕੱਢਦਾ, ਫਿਰ ਉਹੀ ਬੇਅਦਬੀ ਕਰਦੇ ਨੇ ਸਿੱਖੀ ਦੀ, ਉਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਉਹਨਾਂ ਹੀ ਗੁਰਦੁਆਰਿਆਂ 'ਚ ਜ਼ਿਆਦਾ ਹੋਈਆਂ ਨੇ। ਮੈਂ ਸਰਵੇ ਕਰਕੇ ਦੇਖਿਆ, ਮੈਂ ਤਾਂ ਕਿਹਾ ਅੱਜ ਤੁਹਾਨੂੰ ਮੈਂ ਆਨਲਾਈਨ ਇੱਕ ਨਵੀਂ ਗੱਲ ਕਰਨ ਲੱਗਾ, ਇਸ ਚੀਜ਼ ਨੂੰ ਮੈਂ ਸਰਵੇ ਕਰਕੇ ਦੇਖਿਆ, ਆਪਣੀ ਜ਼ਮੀਰ ਦੀ ਆਵਾਜ਼ ਤੋਂ ਸਿੱਖੀ ਦੇ ਥਾਟ ਨੂੰ ਔਰ ਸਿੱਖੀ ਦੇ ਕਿਰਦਾਰ ਨੂੰ ਪੜ੍ਹ ਕੇ ਕੋਈ ਸਿੱਖੀ ਵੱਲ ਆਏ, ਮੈਂ ਕਲਾਵੀ 'ਚ ਲੈਣ ਨੂੰ ਤਿਆਰ ਹਾਂ ਜੀ, ਪਰ ਮੈਂ ਸਿੱਖੀ 'ਚ ਲਿਆਉਣ ਵਾਸਤੇ ਉਹਨੂੰ ਲਾਲਚ ਦਾਂ ਕਿ ਤੈਨੂੰ ਨੋਟ ਵੀ ਮਿਲੇਗੀ, ਨੌਕਰੀ ਵੀ ਮਿਲੇਗੀ। ਲਾਲਚ ਦੇ ਵਿੱਚ ਇੱਕ ਪ੍ਰਵਾਸੀ ਦਾ ਹੀ ਬੱਚਾ ਹੁੰਦਾ ਕਿ ਸਿੱਖ ਦਾ ਬੱਚਾ ਵੀ ਲਾਲਚ ਵਿੱਚ ਆ, ਸਿੱਖ ਦਾ ਬੱਚਾ ਵੀ ਆਇਆ ਜੀ ਲਾਲਚ ਵਿੱਚ, ਤੇ ਲਾਲਚ ਤੇ ਕਿਸੇ ਨੂੰ ਵੀ ਹੈ ਨਾ, ਸਿੱਖੀ ਦਾ ਸਿੱਖ ਵੀ ਆਏ ਨੇ, ਪ੍ਰਵਾਸੀ ਵੀ ਆਏ ਨੇ, ਸਿੱਖ ਵੀ ਆਏ ਨੇ, ਸਿਕਲੀਗਰ ਵੀ ਆਏ ਨੇ, ਪਹਾੜੀ ਸਿੱਖਾਂ ਦੇ ਵੀ ਆਏ ਨੇ, ਜੰਮੂ ਕਸ਼ਮੀਰ ਤੋਂ ਵੀ ਆਏ ਨੇ, ਸਾਰੇ ਪਾਸੇ ਤੋਂ ਆਏ ਨੇ। ਤੇ ਜਿਹੜੇ ਅਸੀਂ ਪ੍ਰਚਾਰਕ ਕੀ ਲਾਲਚ ਵਸ ਬਣਾ ਦਿੱਤੇ ਨੇ, ਉਹਨਾਂ ਵਿੱਚੋਂ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਿੱਥੋਂ ਪਾਲਦੇ? ਫਿਰ ਆਪਾਂ ਇੰਜ ਕਹੀਏ ਨਾ, ਆਪਾਂ ਕਾਲਜ ਵਿੱਚੋਂ ਲਾਲਚ ਬਾਹਰ ਕੱਢੀਏ, ਇਹ ਨਾ ਕਹੀਏ ਬਾਕੀਆਂ ਦੇ ਬੱਚੇ ਵੀ ਕੱਢੀਏ। ਨਹੀਂ, ਮੈਂ ਬੱਚੇ ਕੱਢਣ ਦੀ ਨਹੀਂ, ਮੈਂ ਕਹਿੰਦਾ ਚੈੱਕ ਕਰੋ ਹਾਂ ਕਿ ਲਾਲਚ ਵਿੱਚ ਆ ਰਹੇ ਨੇ, ਲਾਲਚ ਦੇ ਕੇ ਜ਼ਬਰਦਸਤੀ ਲਿਆਏ ਜਾ ਰਹੇ ਨੇ,
ਕਿ ਉਹ ਆਪਣੀ ਸਵੈ ਇੱਛਾ ਨਾਲ ਆ ਰਹੇ ਨੇ। ਪ੍ਰਚਾਰ ਸਵੈ ਇੱਛਾ ਨਾਲ ਹੋਣਾ ਜੀ, ਪ੍ਰਚਾਰ ਦੇਖੋ ਭਾਈ ਨੰਦ ਲਾਲ ਜੀ ਪਹਿਲਾਂ ਤਾਂ ਸਵੈ ਇੱਛਾ ਨਾਲ ਮੁਗਲ ਹਕੂਮਤ ਦੇ ਹੀ ਨੌਕਰ ਸੀ ਨਾ, ਭਾਈ ਗੁਰਦਾਸ ਜੀ ਵੀ ਉੱਥੇ ਹੀ ਸੀ, ਸਵੈ ਇੱਛਾ ਨਾਲ ਸਿੱਖੀ ਦੇ ਘਰ ਆਏ ਨਾ, ਗੁਰੂ ਨੇ ਲਾਲਚ ਤਾਂ ਨਹੀਂ ਨਾ ਦਿੱਤਾ, ਗੁਰੂ ਨੇ ਤਾਂ ਨੌਕਰੀ ਵੀ ਨਹੀਂ ਦਿੱਤੀ।